Hello guys, what's up? So guys, that's very interesting to come again. Today we are going to talk about gangster shit, baby. So guys, ਅੱਜ ਬਣ ਲੱਗਾ ਸਿੱਧੂ ਮੂਸੇਵਾਲਾ ਟੈਟੂ ਤੇ ਇਸ ਤੋਂ ਪਹਿਲਾਂ ਆਪਾਂ ਜਿਹੜਾ ਕੀਤਾ ਸੀਗਾ ਉਹ ਸੀਗਾ ਸਕਲ ਐਂਡ AK ਬਹੁਤ ਘੱਟ ਲੈਜੈਂਡ ਪੈਦਾ ਹੁੰਦੇ ਆ ਜਿਨ੍ਹਾਂ ਦੀ ਫੋਟੋ ਬਣਦੀ ਹੈ ਉਹਨਾਂ ਵਿੱਚੋਂ ਇੱਕ ਬੰਦਾ ਇਹ ਹੈ ਮੈਂ ਬਹੁਤ ਹੀ ਐਕਸਾਈਟਿਡ ਆਇਆ ਇਸ ਟੈਟੂ ਲਈ ਕਿਉਂਕਿ ਬਾਈ ਨੇ ਇੱਕ ਤਾਂ ਬਹੁਤ ਜ਼ਿਆਦਾ ਵੇਟ ਕੀਤੀ ਹੈ ਕੱਲ੍ਹ ਆਪਾਂ ਇਹਨਾਂ ਦੇ ਇੱਕ ਟੈਟੂ ਕੀਤਾ ਸੀਗਾ AK-47 ਅਤੇ ਪਲੱਸ ਸਕਲ ਅਤੇ ਅੱਜ ਇਹਨਾਂ ਦੀ ਫੋਰ ਆਰਮ 'ਤੇ ਬਣਦੇ ਆ ਸਿੱਧੂ ਬਾਈ ਦਾ ਫੇਸ ਬਣਦੇ ਆ ਬਾਈ ਬਹੁਤ ਵੱਡੇ ਉਹਨਾਂ ਦੇ ਫੈਨ ਆ ਅਤੇ ਮੈਂ ਵੀ ਬਹੁਤ ਵਧੀਆ ਫੈਨ ਹਾਂ ਉਹਨਾਂ ਦਾ ਬਹੁਤ ਵੱਡਾ ਫੈਨ ਆ ਸਿੱਧੂ ਦਾ ਅਤੇ ਅੱਜ ਇਹਨਾਂ ਦਾ ਡਰੀਮ ਪੂਰਾ ਹੋ ਰਿਹਾ ਜੀ ਸਿੱਧੂ ਦਾ ਟੈਟੂ ਬਣਾ ਕੇ ਅਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿ ਟੈਟੂ ਬਣਾ ਕੇ ਸੋ ਅੱਜ ਹੁਣ ਦੇਖਦੇ ਹਾਂ ਦੈਟ ਸ਼ੌਕ ਬਣਵਾਉਣੀ ਹੈ ਉਹਦੇ ਹੱਥ ਹੁੰਦਾ ਬ੍ਰਦਰ ਦਾ ਕੰਸੈਪਟ ਸੀਗਾ ਆਪਾਂ ਸਿਰਫ ਡਿਜ਼ਾਇਨਿੰਗ ਕੀਤੀ ਹੈ
ਆਇਆ ਟੈਟੂ ਕਰਦੇ ਹੋਏ। ਸੋ ਗਾਈਜ਼ ਹੁਣ ਤੁਸੀਂ ਫਟਾਫਟ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਆਨ ਕਰ ਲਓ ਤਾਂ ਕਿ ਜਦੋਂ ਮੈਂ ਨਵੇਂ ਟੈਟੂ ਦੀ ਵੀਡੀਓ ਅਪਲੋਡ ਕਰਾਂ ਤੇ ਤੁਹਾਡੇ ਅੰਦਰ ਕ੍ਰੇਵਿੰਗ ਹੋ ਜਾਏ ਤੇ ਤੁਸੀਂ ਮੇਰੇ ਯੂਟਿਊਬ ਚੈਨਲ ਤੇ ਜਾ ਕੇ ਉਹ ਵੀਡੀਓ ਦੇਖ ਲਓ ਤੇ ਇੰਸਪਾਇਰ ਹੋ ਜਾਓ। ਇਹ ਟੈਟੂ ਵੀ ਬਹੁਤ ਵੱਡੀ ਇੰਸਪੀਰੇਸ਼ਨ ਹੈ ਆਰਟਿਸਟ ਵਾਸਤੇ, ਸਿੰਗਰ ਵਾਸਤੇ, ਕਿਸੇ ਦੇ ਫੈਨ ਹੋਣਾ ਔਰ ਇੰਨੀ ਹੱਦ ਤੱਕ ਫੈਨ ਹੋਣਾ ਕਿ ਬੋਡੀ ਦਾ ਇੱਕ ਪਾਰਟ ਉਹਦੇ ਉਹਨੂੰ ਆਪਾਂ ਡੈਡੀਕੇਟ ਕਰ ਦੇਣਾ, ਇਹ ਬਹੁਤ ਮੁਸ਼ਕਿਲ ਹੈ ਔਰ ਬਹੁਤ ਵੱਡੀ ਚੀਜ਼ ਹੈ। ਤੋ ਮੈਂ ਇਹਦੇ ਵਿੱਚ ਸਕਸੈਸ ਹੋਇਆ ਕਿ ਆ ਟੈਟੂ ਆਪਾਂ ਬਣਾਇਆ। ਸੋ ਗਾਇਜ਼ ਹੁਣ ਤੁਹਾਨੂੰ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਇਟਸ ਯੋਰ ਬੋਏ ਕੈਮ ਸਿੰਘ ਜ਼ੋਨ, ਵੀ ਆਰ ਬੈਕ ਅਗੇਨ, ਜਸਟ ਸਬਸਕ੍ਰਾਈਬ ਮਾਈ ਚੈਨਲ ਐਂਡ ਬੈਲ ਆਈਕਨ ਔਨ। ਬਾਏ ਬਾਏ।